ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਨਮਸਤੇ ਬਾਬਿਓ ਮੈਂ ਤੁਹਾਡਾ ਆਪਣਾ ਪ੍ਰੋਡਿਊਸਰ ਟ੍ਰਿਪਲ ਐਚ ਆ ਗਿਆ ਇੱਕ ਨਵੀਂ ਵੀਡੀਓ ਦੇ ਨਾਲ ਬਾਬਿਓ ਜਿਹੜਾ ਅੱਜ ਦਾ ਗਾਣਾ ਹੈ ਹਰਿਆਣਾ ਪੰਜਾਬ ਤੇ ਬਾਬਿਓ ਗਾਣਾ ਹੈ ਛੋਟਾ ਬਾਈ ਤੇ ਵੱਡਾ ਬਾਈ ਤੇ ਜੱਟ ਤੇ ਜਾਟ ਨਵੀਂ ਨਵੀਂ ਬਾਬਾ ਬਾਬਿਓ ਬਾਈ ਦਾ ਸੌਂਗ ਹੈ ਬਾਈ ਨੇ ਕਿਸੇ ਨੇ ਰਿਕਮੈਂਡ ਕੀਤਾ ਮੈਂ ਆਪਣੀ ਮਰਜ਼ੀ ਨਾਲ ਸੌਂਗ ਕਰ ਰਿਹਾ ਬਾਬਿਓ ਇਹ ਮੈਂ ਸਕਰੋਲ ਕਰਦਾ ਕਰਦਾ ਅੱਗੇ ਆ ਗਿਆ ਬਸ ਮੈਂ ਪਹਿਲਾ ਪਹਿਲਾ ਸੁਣਿਆ ਵੀ ਮੈਨੂੰ ਲੱਗਿਆ ਪੰਜਾਬ ਹਰਿਆਣੇ ਦੇ ਆ ਤਾਂ ਮੈਂ ਸੋਚਿਆ ਬਸ ਮੈਂ ਫੋਨ ਲੈ ਕੇ ਬਹਿ ਗਿਆ ਮੈਂ ਸੋਚਿਆ ਵੀ ਇਹ ਗਾਣੇ 'ਤੇ ਰਿਐਕਟ ਕਰਦੇ ਆਪਾਂ ਬਣਦਾ ਇਹ ਸੌਂਗ 'ਤੇ ਕਿਉਂਕਿ ਹਰਿਆਣਾ ਪੰਜਾਬ ਬਾਬਿਓ ਇੱਕ ਯੂਨਿਟੀ ਹੈ ਜਿਹਨੇ ਦਿਲ ਨੂੰ ਹਿਲਾ ਕੇ ਗਿਰ ਦਿੱਤਾ ਬਾਕੀ ਸਾਰਿਆਂ ਨੂੰ ਬੇਰਾ ਹੈ ਬਾਬਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕਿਆ ਸਿਸਟਮ ਹੋਇਆ ਸੀ ਅਤੇ ਹਰਿਆਣੇ ਵਾਲੇ ਬਾਬਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਬਾਈਆਂ ਨੇ ਸਪੋਰਟ ਕਰ ਰਿਹਾ ਵੀ ਆਪਾਂ ਬਾਈ ਰਿਕਮੈਂਡ ਕਰਦੇ ਵੀ ਇਸ ਸੌਂਗ 'ਤੇ ਰਿਐਕਟ ਕਰੋ ਅਤੇ ਕਰ ਬਾਈਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਬਾਬਿਓ ਕਰਦੇ ਵੀਡੀਓ ਸਟਾਰਟ ਦੇਖਦੇ ਵੀ ਬਾਬਿਓ ਵੀਡੀਓ ਕਿਵੇਂ ਦੀ ਹੁੰਦੀ ਹੈ ਬਾਬਿਓ ਕਿੰਨੀ ਘੈਂਟ ਗੱਲ ਕਹੀ ਬਾਈ ਨੇ ਯਾਰ ਮੈਂ ਤਾਂ ਇਹੀ ਗੱਲ ਕਹਿੰਦਾ ਵੀ ਜਿਹੜੇ ਦੋ ਤਿੰਨ ਚਾਰ ਬੰਦੇ ਕਰਕੇ ਇੱਕ ਦੂਜੇ ਨਾਲ ਆਪਾਂ ਪਿਆਰ ਤੋੜ ਰਹੇ ਹਾਂ ਉਹ ਗੱਲਾਂ ਵਿੱਚ ਨਾ ਆਓ ਬਾਕੀ ਬਾਬਿਓ ਸਾਰੇ ਬੰਦੇ ਇੱਕ ਵਰਗੇ ਨਹੀਂ ਹੁੰਦੇ ਸਾਰੇ ਵਰਗੇ ਨਹੀਂ ਹੁੰਦੇ ਸਾਰਿਆਂ ਦਾ ਆਪਣਾ ਆਪਣਾ ਸੁਭਾਅ ਹੁੰਦਾ ਹਰ ਇੱਕ ਦੀ ਆਪਣੀ ਆਪਣੀ ਥਿੰਕਿੰਗ ਹੁੰਦੀ ਹੈ ਬਟ ਦੋ ਚਾਰ ਬੰਦੇ ਕਰਕੇ ਆਪਣੀ ਯੂਨਿਟੀ ਨਾ ਤੋੜੋ ਠੀਕ ਹੈ ਬਾਈ ਦੀ ਤੁਸੀਂ ਗੱਲ ਕਹੀ ਵੀ ਹਾਂ ਵੀ ਹਰਿਆਣਾ ਸਾਡੇ ਸਿਰ ਦਾ ਤਾਜ ਹੈ ਹੈਗਾ ਬਾਬਿਓ ਰਹੂੰਗਾ ਕਹਿੰਦਾ ਵੱਡੇ ਛੋਟੇ ਬੜੇ ਬਾਈ ਨੇ ਮਾਰੀ ਆਵਾਜ਼ ਕਹਿੰਦਾ ਛੋਟਾ ਲਿਆ ਲੱਟ ਕੱਢ ਕੇ ਇਹ ਚੀਜ਼ਾਂ ਬਾਬਿਓ ਸੱਚੀਆਂ ਗੱਲਾਂ ਏ ਜਦੋਂ ਅੰਬਾਲੇ ਕਾਂਡ ਹੋਇਆ ਸੀ ਹਰਿਆਣੇ ਵਾਲੇ ਬਾਬੇ ਬਹੁਤ ਸਾਥ ਦਿੱਤਾ ਉਹ ਟਾਈਮ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਬਾਬੇ ਇੱਦਾਂ ਦੇ ਗਾਣੇ ਸੁਣ ਕੇ ਨਾ ਯਾਰ ਮਾੜੀ ਮਾੜੀ ਗੱਲਾਂ ਪਾ ਲੋਕਾਂ ਨੂੰ ਗੱਲਾਂ ਕਰੋ ਫਰਕ ਨਾ ਕੋਈ ਮੇਰੀ ਗੱਦ ਗੱਦ ਹੋਈ ਵੱਡੇ ਭਾਈ ਨੇ ਬੁਲਾਇਆ ਆਵਾਜ਼ ਮਾਰ ਕੇ ਛੋਟਾ ਅੰਦਰੋਂ ਲਿਆਇਆ ਲੱਠ ਕਾਢ ਕੇ ਤੁਹਾਡੇ ਖੇਤਾਂ ਵਿੱਚ ਦੁਸ਼ਮਣ ਵੜ ਗਏ ਹਾਏ ਵੜ ਗਏ ਖੇਤਾਂ ਵਿੱਚ ਦੁਸ਼ਮਣ ਵੜ ਗਏ ਬੇਈਮਾਨਾਂ ਨੇ ਚਫੇਰੋਂ ਕੇਰ ਛੱਡਿਆ ਦਿੱਲੀਆਂ ਚੋਂ ਬਣਕਾਂ ਤੋਂ ਜੱਫੀਆਂ ਛੋਟਾ ਭਾਈ ਜੇ ਵੱਡੇ ਦੇ ਗਲ ਲੱਗਿਆ ਤੈਨੂੰ ਦਿੱਲੀਆਂ ਚੋਂ ਬਣਕਾਂ ਤੋਂ ਜੱਫੀਆਂ ਛੋਟਾ ਭਾਈ ਜੇ ਵੱਡੇ ਦੇ ਗਲ ਲੱਗਿਆ ਕਿਆ ਬਾਤ ਹੈ ਬਾਬਿਓ ਬਹੁਤ ਜ਼ਿਆਦਾ ਘੈਂਟ ਗੱਲ ਕਹੀ ਹੈ ਕਹਿੰਦਾ ਦਿੱਲੀ ਤੈਨੂੰ ਕਦੇ ਚੁੱਭਣ ਜੱਫੀਆਂ ਜਦ ਛੋਟਾ ਭਾਈ ਬੜੇ ਦੇ ਗਲ ਲੱਗਿਆ ਸਹੀ ਗੱਲ ਆ ਬਾਬਿਓ ਯਾਰ ਮੈਨੂੰ ਖੁਸ਼ੀ ਹੁੰਦੀ ਹੈ ਵੀ ਹਾਂ ਪੰਜਾਬ ਹਰਿਆਣਾ ਇੱਕ ਯਾਰ ਇੱਕ ਚੀਜ਼ਾਂ ਦੀਆਂ ਆਪਣੀਆਂ ਸਰਕਾਰਾਂ ਚੰਗੀਆਂ ਨਹੀਂ ਹੈਗੀਆਂ ਇਹ ਸਿਸਟਮ ਕਰਕੇ ਯਾਰ ਬਾਕੀ ਬਾਬਿਓ ਗਾਣਾ ਬਹੁਤ ਜ਼ਿਆਦਾ ਘੈਂਟ ਤਾਂ ਮੈਂ ਇੱਕੇ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੇ ਬਾਹਰ ਵੀ ਜਾ ਕੇ ਲੜਦੇ ਆ ਇੰਡੀਆ ਅਤੇ ਪਾਕਿਸਤਾਨ ਜਿਹੜਾ ਵੀ ਸਿਸਟਮ ਹੁੰਦਾ ਯਾਰ ਅੱਜ ਕੱਲ੍ਹ ਚੱਲ ਰਿਹਾ ਖਾਲਿਸਤਾਨ ਵਾਲਾ ਵੀ ਇੰਡੀਆ ਪੰਜਾਬ ਯਾਰ ਸਭ ਬਾਬਿਓ ਇੱਕ ਰਹੋ ਯੂਨਿਟੀ ਮਾਰੋ ਲੜੋ ਲੁੜੋ ਨਾ ਕਿਸੇ ਨਾਲ ਵੀ ਆਪਣਾ ਬਸ ਨਜ਼ਾਰੇ ਲਓ ਜ਼ਿੰਦਗੀ ਦੀ ਠੀਕ ਹੈ ਅੱਗੇ ਦੇਖਦੇ ਬਾਬਿਓ ਗਾਣੇ ਦੇ ਵਿੱਚ ਕੀ ਹੁੰਦਾ ਹੈ ਕਿਆ ਬਾਤ ਹੈ ਬਾਬਿਓ ਬਹੁਤ ਹੀ ਜ਼ਿਆਦਾ ਘੈਂਟ ਬਾਈ ਨੇ ਗੱਲ ਕਹੀ ਹੈ ਵੀ ਵਾਟਰ ਟੈਂਕਾਂ ਦੇ ਮੂੰਹ ਮੋੜ ਕੇ ਸੱਚੀ ਗੱਲ ਹੈ ਬਾਬਿਓ ਉਹ ਟਾਈਮ ਦੇ ਵਿੱਚ ਹਰਿਆਣੇ ਵਾਲਿਆਂ ਨੇ ਬਹੁਤ ਸੇਵਾ ਕੀਤੀ ਹੈ ਬਾਬਿਓ ਵੀ ਟੈਂਕ ਦੇ ਮੂੰਹ ਬੰਦ ਕਰਕੇ ਦੁੱਧ ਦੇ ਟੈਂਕ ਖੋਲਤੇ ਕਿਆ ਬਾਤ ਹੈ ਬਾਬਿਓ ਬਹੁਤ ਹੀ ਜ਼ਿਆਦਾ ਧੰਨਵਾਦ ਬਾਬਿਓ ਹਰਿਆਣੇ ਵਾਲਿਓ ਥੋੜਾ ਬਹੁਤ ਬਹੁਤ ਸਲੂਟ ਹੈ ਬਾਬਿਓ ਛੋਟਾ ਭਾਈ ਜੇ ਵੱਡੇ ਦੇ ਗਲ ਲੱਗਿਆ ਤੈਨੂੰ ਦਿੱਲੀ ਚੋਂ ਬਣਕਾਂ ਤੋਂ ਜੱਫੀਆਂ ਛੋਟਾ ਭਾਈ ਜੇ ਵੱਡੇ ਦੇ ਗਲ ਲੱਗਿਆ ਕਿਆ ਬਾਤ ਹੈ ਬਾਬਿਓ ਬਾਈ ਨੇ ਬਹੁਤ ਹੀ ਜ਼ਿਆਦਾ ਘੈਂਟ ਗੱਲ ਕਹੀ ਕਹਿੰਦਾ ਵੀ ਪੰਜਾਬ ਵਾਲੇ ਬੜਕਾ ਮਾਰਦੇ ਅਤੇ ਹਰਿਆਣਾ ਨੇ ਮਾਰੇ ਥਾਪੀਆਂ ਆਏ ਹਾਏ ਵੀ ਟੈਂਕਾਂ ਦੇ ਮੂੰਹ ਬੰਦ ਕਰਤੇ ਅਤੇ ਜਿਹੜੇ ਪਾਣੀ ਦੇ ਟੈਂਕਾਂ ਦੇ ਮੂੰਹ ਬੰਦ ਕਰਤੇ ਦੁੱਧ ਦਿੱਤਾ ਬਈ ਸੇਵਾ ਬਹੁਤ ਜ਼ਿਆਦਾ ਕਰੀ ਹਰਿਆਣੇ ਵਾਲੇ ਨੇ ਬਾਬਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਿਓ ਵੀ ਦਿਲ ਜਿਹਾ ਖੁਸ਼ ਕਰਦਾ ਬਾਬਿਓ ਮੈਂ ਗਾਣਾ ਸੁਣਿਆ ਸੱਚੀ ਯਾਰ ਵੀ ਹਾਂ ਸੇਵਾ ਵਿੱਚ ਬਈ ਲੰਗਰ ਵੀ ਤੁਸੀਂ ਖਵਾਇਆ ਧੰਨਵਾਦ ਤੁਹਾਡਾ ਬਹੁਤ ਬਹੁਤ ਠੀਕ ਹੈ ਤੁਸੀਂ ਬਹੁਤ ਜ਼ਿਆਦਾ ਬਾਈ ਅੰਬਾਲੇ ਸਾਰੇ ਮਤਲਬ ਕਿ ਟੋਲ ਪਲਾਜ਼ੇ ਬੰਦ ਕਰਤੇ ਬਾਈਆਂ ਨੇ ਖੇਤਾਂ ਵਾਂ ਰਾਹ ਦਿੱਤਾ ਕਹਿੰਦੇ ਆਓ ਖੇਤਾਂ ਵਾਂ ਚਲੋ
ਇੱਥੇ ਪਤਾ ਲੱਗਦਾ ਬਾਬੇ, ਬਹੁਤ ਜ਼ਿਆਦਾ ਖੁਸ਼ੀ ਹੁੰਦੀ ਬਾਬੇ ਚੀਜ਼ਾਂ ਦੇਖ ਕੇ ਨਾ ਯਾਰ। ਐਪਰੀਸ਼ੀਏਟ ਬ੍ਰੋ। ਜਿੰਦਾਬਾਦ, ਕਿਆ ਬਾਤ ਹੈ। ਗੋਭੀ ਬਾਬੇ ਹੁਣੇ ਅਸੀਂ ਵੀ ਵਿਚੋਲੇ ਵਿੱਚੋਂ ਕੱਢਣੇ, ਸਾਲ ਹੋ ਗਏ ਚਿਹਰ ਬੰਜਾ ਪਈ ਵੰਡ ਨੂੰ, ਆਇਆ ਪਿਆ ਤਮਸਾ ਇੱਕ ਹੋਣ ਦਾ। ਕਿੰਨਾ ਟਾਈਮ ਗਿਆ ਇਹਨਾਂ ਨੇ। ਹੁਣੇ ਅਸੀਂ ਵੀ ਵਿਚੋਲੇ ਵਿੱਚੋਂ ਕੱਢਣੇ, ਸਾਲ ਹੋ ਗਏ ਚਿਹਰ ਬੰਜਾ ਪਈ ਵੰਡ ਨੂੰ, ਕਹਿੰਦਾ ਅਸੀਂ ਵਿੱਚ ਤੇ ਵਿਚੋਲੇ ਕੱਢਦੇ 54 ਸਾਲ ਹੋ ਗਏ ਜਿਹੜੀ ਵੰਡ ਹੋਈ ਨੂੰ। ਯਾਰ ਇਕੱਠਾ ਹੁੰਦਾ ਨਾ ਹਰਿਆਣਾ ਪੰਜਾਬ ਬਾਬੇ, ਉਹ ਸਾਰੇ ਸਿਸਟਮ ਦੀ ਨਾ ਸਾਂਗ ਭਾਂਗ ਕਰ ਰਹੇ ਜੀ, ਜਿਹੜਾ ਹੁਣ ਦਿੱਲੀ ਜਾ ਕੇ ਭੁਸਰ ਦੇ ਨਾ, ਦਿੱਲੀ ਤਾਂ ਇੱਥੇ ਪੰਜਾਬ 'ਚ ਯਾਰ ਹਰਿਆਣੇ 'ਚ ਬਣਾਇਆ ਹੋਣਾ ਤਾਂ ਹੁਣ ਦਾ। ਸਹੀ ਗੱਲ ਆ ਬਾਬੇ ਉਹ, ਪਰ ਬਾਬੇ ਯਾਰ ਯੂਨਿਟੀ ਰੱਖੋ ਯਾਰ, ਇੱਕ ਦੋ ਬੰਦੇ ਕਰਕੇ ਹਰਿਆਣੇ ਵਾਲੇ ਪੰਜਾਬ ਵਾਲੇ ਬਾਬੇ ਉਹ ਆਪਣਾ ਦਿਮਾਗ ਨਾ ਖਰਾਬ ਕਰੋ, ਬਸ ਯੂਨਿਟੀ ਰੱਖੋ ਬਾਬੇ ਯੂਨਿਟੀ। ਆਇਆ ਵੇਲਾ ਤਮਸਾ ਇੱਕ ਹੋਣ ਦਾ, ਕਾਇਮ ਰੱਖਾਂਗੇ ਪਿਆਰ ਵਾਲੀ ਤੰਦ ਨੂੰ, ਹੁਣੇ ਅਸੀਂ ਵੀ ਵਿਚੋਲੇ ਵਿੱਚੋਂ ਕੱਢਣੇ, ਸਾਲ ਹੋ ਗਏ ਚਿਰ ਵੰਜਾ ਪਈ ਵੰਡ ਨੂੰ, ਆਇਆ ਵੇਲਾ ਤਮਸਾ ਇੱਕ ਹੋਣ ਦਾ, ਕਾਇਮ ਰੱਖਾਂਗੇ ਪਿਆਰ ਵਾਲੀ ਤੰਦ ਨੂੰ, ਸਿਰ ਵਿਪਤਾ ਪਈ ਤੋਂ ਪਤਾ ਲੱਗਿਆ ਹਾਏ ਲੱਗਿਆ, ਵਿਪਤਾ ਪਈ ਤੋਂ ਪਤਾ ਲੱਗਿਆ ਕੌਣ ਮਗਰਾ ਤੇ ਕੌਣ ਸਾਡੇ ਅੱਗੇ ਆ। ਹਾਂ ਸਹੀ ਗੱਲ ਹੈ। ਦਿੱਲੀ ਅੱਜੋ ਬਣਕਾ ਤੋਂ ਜੱਫੀਆਂ, ਛੋਟਾ ਭਾਈ ਜੇ ਵੱਡੇ ਦੇ ਗਲ ਲੱਗਿਆ, ਤੈਨੂੰ ਦਿੱਲੀ ਅੱਜੋ ਬਣਕਾ ਤੋਂ ਜੱਫੀਆਂ, ਛੋਟਾ ਭਾਈ ਜੇ ਵੱਡੇ ਦੇ ਗਲ ਲੱਗਿਆ। ਕਿਆ ਬਾਤ ਹੈ ਬਾਬੇ, ਬਹੁਤ ਹੀ ਜ਼ਿਆਦਾ ਘੈਂਟ ਸੌਂਗ ਬਾਈ ਦਾ ਯਾਰ, ਨਵੀਂ ਦਾ ਬਾਈ ਦਾ। ਅਤੇ ਕਹਿੰਦਾ ਵਕਤ ਪਏ ਤਾਂ ਪਤਾ ਲੱਗਿਆ ਵੀ ਹਾਂ ਕੌਣ ਮਗਰ ਹੈ, ਮਤਲਬ ਕਿ ਕੌਣ ਪਿੱਛੇ ਕੌਣ ਅੱਗੇ ਹੈ। ਸਹੀ ਗੱਲ ਹੈ ਬਾਬਿਓ, ਹਰਿਆਣੇ ਵਾਲਿਓ ਐਪਰੀਸ਼ੀਏਟ ਬਾਬੇ, ਤੁਸੀਂ ਯਾਰ ਇੰਨਾ ਸਾਥ ਦਿੱਤਾ ਕਿਸਾਨੀ ਟਾਈਮ ਵਿੱਚ, ਅਤੇ ਪੰਜਾਬੀਆਂ ਨੇ ਵੀ ਥੋੜ੍ਹਾ ਸਾਥ ਦਿੱਤਾ ਯਾਰ। ਅਤੇ ਬਾਈ ਜਿਹੜੇ ਲੋਕ ਯਾਰ, ਮੈਂ ਇੱਕ ਬਾਈ ਹੋਰ ਬਥੇਰੇ ਨੇ ਇਸ ਬਾਈ ਵਾਲੇ ਗਾਣਾ ਕੱਢਿਆ ਯਾਰ, ਹੋਰ ਬੰਦੇ ਨੇ ਵੀ, ਅਸੀਂ ਇਹ ਵੋ ਯਾਰ ਬਾਬੇ, ਉਹ ਚੀਜ਼ਾਂ ਹਰ ਇੱਕ ਚੀਜ਼ ਯਾਰ, ਸਰਕਾਰਾਂ ਆਪਣੀ ਚੰਗੀਆਂ ਨਹੀਂ ਹੈਗੀਆਂ, ਹੁਣ ਤਾਂ ਸਾਰਾ ਕੁਛ ਹੋ ਜਾਵੇ ਯਾਰ, ਸਰਕਾਰਾਂ ਚੰਗੀਆਂ ਨਹੀਂ ਹੈਗੀਆਂ। ਦੇਖੋ ਯਾਰ ਜੇ ਪੰਜਾਬ ਨੂੰ ਲੋੜ ਹੋਈ ਪਾਣੀ ਦੀ, ਪੰਜਾਬ ਰੱਖ ਲੂੰਗਾ, ਤੁਹਾਨੂੰ ਲੋੜ ਹੋਈ ਤੁਹਾਨੂੰ ਦੇ ਦੂੰਗਾ, ਇਹ ਤਾਂ ਸਰਕਾਰ ਆਪਣੇ ਚੰਗੀ ਹੋਵੇ ਬਾਬੇ, ਸਾਰਾ ਸਿਸਟਮ ਠੀਕ ਹੋ ਜੂਗਾ। ਬਾਕੀ ਬਾਈ ਜੇ ਮੇਰੀ ਕਿਸੇ ਗੱਲ ਕਿਸੇ ਬਾਈ ਨੂੰ ਬੁਰਾ ਲੱਗਿਆ ਬਾਈ, ਮੈਂ ਸੌਰੀ ਆਪਣੇ ਕਹਿੰਦੇ। ਅਤੇ ਬਾਕੀ ਬਾਈ ਯੂਨਿਟੀ ਰੱਖੋ, ਹਰਿਆਣਾ ਪੰਜਾਬ ਬਾਬਿਓ, ਉਹ ਸਟੇਟਾਂ ਏ ਜਿਹੜੀਆਂ ਬੱਖੀਆਂ ਪਾੜ ਦਿੰਦੀਆਂ, ਉਹ ਤਾਂ ਬਾਕੀ ਸਾਰਿਆਂ ਨੂੰ ਪਤਾ, ਸਾਰੀ ਸਟੇਟਾਂ ਯਾਰ ਕੋਈ ਖੜੀ ਨਹੀਂ ਉੱਥੇ, ਦਿੱਲੀ ਹਰਿਆਣਾ ਪੰਜਾਬ ਦੀ ਵੀ ਜਿਨ੍ਹਾਂ ਨੇ ਫੱਟੇ ਚੱਕਤੇ ਦੇ। ਮੋਦੀ ਵੀ ਕਹਿੰਦਾ ਨਾ ਵੀ ਇਹ ਕੌਣ ਸੇ ਸਾਂਗ ਵਾਂਗ ਆ ਗਏ ਬਾਈ ਜੀ, ਸਾਂਗ ਵਾਂਗ ਤਾਂ ਉਹਦਾ ਮੋਦੀ ਦਾ ਹੀ ਕਰਤਾ ਬਾਬਿਓ। ਅਤੇ ਗਾਣਾ ਬਹੁਤ ਜ਼ਿਆਦਾ ਘੈਂਟ ਬਾਬਿਓ, ਮੈਂ ਇੱਕ ਹੀ ਲਾਸਟ ਵਿੱਚ ਗੱਲ ਕਹਿਣਾ ਚਾਹੁੰਦਾ ਵੀ ਇੱਕ ਦੋ ਬੰਦੇ ਕਰਕੇ ਆਪਣਾ ਪਿਆਰ ਨਾ ਤੋੜੋ, ਇਕੱਠੇ ਰਹੋ, ਨਜ਼ਾਰੇ ਲਓ, ਖੁੱਲ੍ਹਾ ਖਾਓ, ਐਸ਼ ਕਰੋ, ਨਜ਼ਾਰੇ ਲਓ, ਬਸ ਬਸ ਅੱਜ ਦੀ ਵੀਡੀਓ ਬਾਈ ਇੰਨੀ ਹੀ। ਸਾਰੇ ਭਾਈਆਂ ਨੂੰ ਬਾਈ ਰਾਮ ਰਾਮ, ਨਮਸਤੇ, ਸਤਿ ਸ਼੍ਰੀ ਅਕਾਲ, ਮਿਲਾਂਗੇ ਬਾਬਿਓ ਅਗਲੀ ਵੀਡੀਓ 'ਚ।